ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਸੰਤ ਚਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਾਰੇ ਕੁਝ ਲਾਈਨਾਂ ਲਿਖਣ ਦੀ ਕੋਸ਼ਿਸ਼ ਕੀਤੀ। ਇਹ ਉਹ ਚੀਜ਼ਾਂ ਲਿਖੀਆਂ ਜੋ ਆਪਾਂ ਅਕਸਰ ਸੋਚਦੇ ਹਾਂ, ਜੋ ਆਪਣੇ ਜ਼ਿਹਨ ਚ ਆਉਂਦੀਆਂ ਨੇ। ਸੋ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ। ਮੈਂ ਕੱਲਾ ਬਹਿ ਕੇ ਕਦੇ ਕਦੇ ਰੋ ਲੈਣਾ ਆ, ਇਹ ਨਾ ਸੋਚਿਓ ਕਿ ਕੁੜੀ ਪਿੱਛੇ ਰੋਂਦਾ ਹੋਊਗਾ। ਮੈਂ ਕੱਲਾ ਬਹਿ ਕੇ ਕਦੇ ਕਦੇ ਰੋ ਲੈਣਾ ਆ, ਇਹ ਨਾ ਸੋਚਿਓ ਕਿ ਕੁੜੀ ਪਿੱਛੇ ਰੋਂਦਾ ਹੋਊਗਾ। ਯਾਦ ਤੀਰ ਵਾਲਾ ਆਵੇ ਦਾੜੀ ਹੰਝੂਆਂ ਨਾ ਭਿੱਜੇ, ਸੁੰਨ ਹੋ ਜਾਵੇ ਸਰੀਰ ਤੇ ਖੂਨ ਬੜਾ ਰਿੱਝੇ। ਨਾ ਉੱਥੇ ਚੱਲਦੀਆਂ ਗੋਲੀਆਂ, ਨਾ ਹੀ ਇਹ ਸਭ ਹੋਣਾ ਸੀ, ਹੋਣੀ ਸੀਗੀ ਚਿੱਟੀ ਦਾੜੀ ਨਾਲੇ ਕੈਮ ਸਰਦਾਰੀ। ਅੱਜ ਤੀਰ ਵਾਲਾ ਬਾਬਾ 71 ਸਾਲਾਂ ਦਾ ਹੋਣਾ ਸੀ, ਹੋਣੀ ਸੀਗੀ ਚਿੱਟੀ ਦਾੜੀ ਨਾਲੇ ਕੈਮ ਸਰਦਾਰੀ। ਅੱਜ ਤੀਰ ਵਾਲਾ ਬਾਬਾ 71 ਸਾਲਾਂ ਦਾ ਹੋਣਾ ਸੀ, ਜੇ ਸਰਕਾਰ ਹੈ ਸਾਡੀਆਂ ਮੰਗਾਂ ਪੂਰੀਆਂ ਕਰ ਦੇਂਦੀ, ਫਿਰ ਸੰਤਾਂ ਨੂੰ ਵੀ ਦੇਣੀ ਚੁਣੌਤੀ ਨਾ ਪੈਂਦੀ। ਯੂਟਿਊਬ ਤੇ ਨਹੀਂ ਸੀ ਸੁਣਨੀਆਂ ਅਸੀਂ ਸਪੀਚਾਂ ਫੇਰ, ਜਿੱਥੇ ਸੰਤਾਂ ਨੇ ਆਉਣਾ ਉਸੇ ਸਭਾ ਚ ਜਾ ਖਲੋਣਾ ਸੀ, ਹੋਣੀ ਸੀਗੀ ਚਿੱਟੀ ਦਾੜੀ ਨਾਲੇ ਕੈਮ ਸਰਦਾਰੀ। ਅੱਜ ਤੀਰ ਵਾਲਾ ਬਾਬਾ 71 ਸਾਲਾਂ ਦਾ ਹੋਣਾ ਸੀ। ਇਹ ਜੋ ਪਾਣੀ ਕਾਲੇ ਹੋ ਗਏ ਨੇ, ਮਸਲੇ ਪੈਦਾ ਹੀ ਨਹੀਂ ਸੀ ਹੋਣੇ, ਨਾ ਹੀ ਰੇਪ ਹੋਣੇ ਸੀ ਥਾਂ ਥਾਂ ਤੇ, ਫਿਰ ਕਿਹੜੀ ਗੱਲ ਦੇ ਹੋਣੇ ਸੀ ਰੋਣੇ। ਉਹ ਨਸ਼ਿਆਂ ਤੋਂ ਬਚ ਜਾਣੇ ਸੀ ਲਾਡਲੇ ਪੁੱਤ ਮਾਪਿਆਂ ਦੇ, ਨਸ਼ਾ ਮੁੰਡੇ ਕੁੜੀਆਂ ਨੂੰ ਨਾਮ ਬਾਣੀ ਦਾ ਹੀ ਹੋਣਾ ਸੀ, ਹੋਣੀ ਸੀਗੀ ਚਿੱਟੀ ਦਾੜੀ ਨਾਲੇ ਕੈਮ ਸਰਦਾਰੀ। ਅੱਜ ਤੀਰ ਵਾਲਾ ਬਾਬਾ 71 ਸਾਲਾਂ ਦਾ ਹੋਣਾ ਸੀ। ਕਈ ਵੀਰ ਕਹਿਣਗੇ ਟਿੱਲਿਆ ਓਏ, ਹੋ ਕਈ ਵੀਰ ਕਹਿਣਗੇ ਟਿੱਲਿਆ ਓਏ, ਢਹਿੰਦੀ ਕਲਾ ਦੀ ਗੱਲ ਨਾ ਕਰਿਆ ਕਰ, ਜੋ ਹੋਇਆ ਉਹਨੇ ਆਪ ਕੀਤਾ ਨਾ ਤੂੰ ਹੌਂਕਿਆਂ ਦੇ ਵਿੱਚ ਮਰਿਆ ਕਰ, ਜੋ ਹੋਇਆ ਉਹਨੇ ਆਪ ਕੀਤਾ ਨਾ ਤੂੰ ਹੌਂਕਿਆਂ ਦੇ ਵਿੱਚ ਮਰਿਆ ਕਰ। ਜਦ ਬੀੜੀ ਦਾ ਧੂੰਆਂ ਵੱਜਦਾ ਅੱਜ ਕਿਸੇ ਸਿੰਘ ਦੇ ਮੂੰਹ ਉੱਤੇ, ਫਿਰ ਫੋਟੋ ਪਿੰਡਰਾਂ ਵਾਲਿਆਂ ਦੀ ਛਪ ਜੇ ਟਿੱਲੇ ਦੀ ਰੂਹ ਉੱਤੇ। ਥਾਂ ਥਾਂ ਤੇ ਨਹੀਂ ਸੀ ਹੋਣੀ ਬੇਅਦਬੀ ਇਸ਼ਟ ਦੀ ਹਾਏ, ਨਾ ਸ਼ਿਕਾਰ ਧੀਆਂ ਨੇ ਹੈਰਸਮੈਂਟ ਦਾ ਹੋਣਾ ਸੀ, ਹੋਣੀ ਸੀਗੀ ਚਿੱਟੀ ਦਾੜੀ ਨਾਲੇ ਕੈਮ ਸਰਦਾਰੀ। ਅੱਜ ਤੀਰ ਵਾਲਾ ਬਾਬਾ 71 ਸਾਲਾਂ ਦਾ ਹੋਣਾ ਸੀ, ਹੋਣੀ ਸੀਗੀ ਚਿੱਟੀ ਦਾੜੀ ਨਾਲੇ ਕੈਮ ਸਰਦਾਰੀ। ਅੱਜ ਤੀਰ ਵਾਲਾ ਬਾਬਾ 71 ਸਾਲਾਂ ਦਾ ਹੋਣਾ ਸੀ।